ਦੇਖੋ ਜੀ ਆਪਾਂ ਮਹਾਰਾਜ ਦੇ ਪਵਿੱਤਰ ਧਰਤੀ ਤੇ ਖੜੇ ਆ ਅੱਜ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਮੈਂ ਆਇਆ ਸੀ ਤਾਂ ਤੁਸੀਂ ਸਵਾਲ ਇਦਾਂ ਦਾ ਕੀਤਾ ਮੈਂ ਕੱਲ ਸਾਰੇ ਸਵਾਲਾਂ ਦਾ ਤਕਰੀਬਨ ਜਵਾਬ ਦਿੱਤਾ ਮੀਡੀਆ ਨੂੰ ਮਹਾਰਾਜ ਅੱਗੇ ਵੀ ਅਰਦਾਸ ਕਰਦੇ ਆ ਬਾਕੀ ਸਾਡੀ ਐਫਰਟਸ ਦੇ ਵਿੱਚ ਕੋਈ ਕਮੀ ਨਹੀਂ ਹੋਏਗੀ ਅਕਸਰ ਜਿਹੜੀਆਂ ਹੈਗੀਆਂ ਉਹ ਦੀਆਂ ਘਟਨਾਵਾਂ ਗੋਲੀ ਚੱਲਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਦੇਖੋ ਜੀ ਆਪਾਂ ਮਹਾਰਾਜ ਦੇ ਪਵਿੱਤਰ ਧਰਤੀ ਤੇ ਖੜੇ ਹਾਂ ਅੱਜ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਮੈਂ ਆਇਆ ਸੀ ਤਾਂ ਤੁਸੀਂ ਸਵਾਲ ਇਦਾਂ ਦਾ ਕੀਤਾ ਮੈਂ ਕੱਲ੍ਹ ਸਾਰੇ ਸਵਾਲਾਂ ਦਾ ਤਕਰੀਬਨ ਜਵਾਬ ਦਿੱਤਾ ਮੀਡੀਆ ਨੂੰ ਮਹਾਰਾਜ ਅੱਗੇ ਵੀ ਅਰਦਾਸ ਕਰਦੇ ਹਾਂ ਬਾਕੀ ਸਾਡੀ ਐਫਰਟਸ ਦੇ ਵਿੱਚ ਕੋਈ ਕਮੀ ਨਹੀਂ ਹੋਏਗੀ ਔਰ ਮੈਂ ਤੁਹਾਡੇ ਰਾਹੀਂ ਇਸ ਪਵਿੱਤਰ ਨਗਰੀ ਦੇ ਸਾਰੇ ਵਾਸੀਆਂ ਨੂੰ ਵੀ ਇਹ ਬੇਨਤੀ ਕਰਦਾ ਕਿ ਪੁਲਿਸ ਦਾ ਸਹਿਯੋਗ ਦੇਣ ਔਰ ਤਾਂ ਕਿ ਅਸੀਂ ਜਿਹੜਾ ਸੁਖਾਵਾਂ ਸਿਕਿਓਰ ਅਤੇ ਵਧੀਆ ਮਾਹੌਲ ਆਪਣੇ ਨਾਗਰਿਕਾਂ ਨੂੰ ਦੇ ਸਕੀਏ ਜਿਹੜੇ ਮਾੜੀ ਐਲੀਮੈਂਟ ਨੇ ਉਹਨਾਂ ਦੇ ਖਿਲਾਫ਼ ਸਾਡੀ ਕੋਲ ਕੋਈ ਗੁੰਜਾਇਸ਼ ਦਾ ਖਾਨਾ ਨਹੀਂ ਸਖਤ ਕਾਰਵਾਈ ਹੋਏਗੀ ਔਰ ਤੁਸੀਂ ਦੇਖਿਆ ਹੀ ਹੈ ਰਾਤ ਤੋਂ ਕਿਸ ਤਰ੍ਹਾਂ ਪੁਲਿਸ ਔਰ ਅਸੀਂ ਆਪ ਸਾਰੇ ਵੱਡੇ ਅਫਸਰ ਇੰਕਲੂਡਿੰਗ ਮੇਰੇ ਵੱਲੋਂ ਸਾਰੇ ਅਫਸਰ ਅਸੀਂ ਬਾਹਰ ਰਹੇ ਹਾਂ ਔਰ ਇੱਦਾਂ ਹੀ ਸਪੈਸ਼ਲ ਔਰਗਨਾਈਜ਼ ਕੀਤਾ ਅਸੀਂ ਕਿ ਵੱਧ ਤੋਂ ਵੱਧ ਪੁਲਿਸ ਜਿਹੜੀ ਆ ਉਹ ਬਾਹਰ ਤੁਹਾਨੂੰ ਦਿਖੇਗੀ ਵੀ ਔਰ ਜਿਹੜੇ ਪੁਰਾਣੇ ਜਾਂ ਮਾੜੇ ਐਲੀਮੈਂਟਸ ਨੇ ਉਹਨਾਂ ਦੇ ਉੱਤੇ ਸਪੈਸ਼ਲ ਸਰਵੇਲੈਂਸ ਲਾਈ ਗਈ ਹੈ ਔਰ ਮੈਨੂੰ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਰੇ ਇਸ ਪਵਿੱਤਰ ਧਰਤੀ ਨੂੰ ਹੋਰ ਸੁਰੱਖਿਅਤ ਬਣਾਵਾਂ ਦਰਬਾਰ ਅਕਸਰ ਖਰਾਬ ਕਰ ਰਹੀ ਹੈ ਦੇਖੋ ਗੱਲ ਪਤਾ ਕੀ ਹੈ ਜੀ ਸਾਰੇ ਆਪਾਂ ਸਮਾਜ ਦੇ ਹਿੱਸਾ ਔਰ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਜਦੋਂ ਤੋਂ ਦੁਨੀਆ ਬਣੀ ਹੈ ਤਾਂ ਸਮਾਜ ਦੇ ਵਿੱਚ ਮਾੜੇ ਚੰਗੇ ਲੋਕ ਹੁੰਦੇ ਹੀ ਇਸੇ ਕਰਕੇ ਕਾਨੂੰਨ ਬਣੇ ਗਏ ਬਣਾਏ ਗਏ ਆ ਪਰ ਕਾਨੂੰਨ ਦੀ ਜਿਹੜੀ ਪਾਲਣਾ ਹੈ ਉਹਦੇ 'ਚ ਕੋਈ ਕੁਤਾਹੀ ਨਹੀਂ ਹੋਏਗੀ ਔਰ ਪੂਰੀ ਸਖਤੀ ਨਾਲ ਕੀਤੀ ਜਾਏਗੀ ਜਿਹੜੇ ਇਹੋ ਜਿਹੇ ਲੋਕਾਂ ਨੂੰ ਪੂਰਾ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਏ ਦੇਖੋ ਜੀ ਆਪਾਂ ਮਹਾਰਾਜ ਦੇ ਪਵਿੱਤਰ ਧਰਤੀ ਤੇ ਖੜੇ ਹਾਂ ਅੱਜ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਮੈਂ ਆਇਆ ਸੀ ਤਾਂ ਤੁਸੀਂ ਸਵਾਲ ਇਦਾਂ ਦਾ ਕੀਤਾ ਮੈਂ ਕੱਲ੍ਹ ਸਾਰੇ ਸਵਾਲਾਂ ਦਾ ਤਕਰੀਬਨ ਜਵਾਬ ਦਿੱਤਾ ਮੀਡੀਆ ਨੂੰ ਮਹਾਰਾਜ ਅੱਗੇ ਵੀ ਅਰਦਾਸ ਕਰਦੇ ਹਾਂ ਬਾਕੀ ਸਾਡੀ ਐਫਰਟਸ ਦੇ ਵਿੱਚ ਕੋਈ ਕਮੀ ਨਹੀਂ ਹੋਏਗੀ ਅਕਸਰ ਜਿਹੜੀਆਂ ਹੈਗੀਆਂ ਉਹ ਦੀਆਂ ਘਟਨਾਵਾਂ ਗੋਲੀ ਚੱਲਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਦੇਖੋ ਜੀ ਆਪਾਂ ਮਹਾਰਾਜ ਦੇ ਪਵਿੱਤਰ ਧਰਤੀ ਤੇ ਖੜੇ ਹਾਂ ਅੱਜ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਮੈਂ ਆਇਆ ਸੀ ਤਾਂ ਤੁਸੀਂ ਸਵਾਲ ਇਦਾਂ ਦਾ ਕੀਤਾ ਮੈਂ ਕੱਲ੍ਹ ਸਾਰੇ ਸਵਾਲਾਂ ਦਾ ਤਕਰੀਬਨ ਜਵਾਬ ਦਿੱਤਾ ਮੀਡੀਆ ਨੂੰ ਮਹਾਰਾਜ ਅੱਗੇ ਵੀ ਅਰਦਾਸ ਕਰਦੇ ਹਾਂ ਬਾਕੀ ਸਾਡੀ ਐਫਰਟਸ ਦੇ ਵਿੱਚ ਕੋਈ ਕਮੀ ਨਹੀਂ ਹੋਏਗੀ ਔਰ ਮੈਂ ਤੁਹਾਡੇ ਰਾਹੀਂ ਇਸ ਪਵਿੱਤਰ ਨਗਰੀ ਦੇ ਸਾਰੇ ਵਾਸੀਆਂ ਨੂੰ ਵੀ ਇਹ ਬੇਨਤੀ ਕਰਦਾ ਕਿ ਪੁਲਿਸ ਦਾ ਸਹਿਯੋਗ ਦੇਣ ਔਰ ਤਾਂ ਕਿ ਅਸੀਂ ਜਿਹੜਾ ਸੁਖਾਵਾਂ ਸਿਕਿਓਰ ਅਤੇ ਵਧੀਆ ਮਾਹੌਲ ਆਪਣੇ ਨਾਗਰਿਕਾਂ ਨੂੰ ਦੇ ਸਕੀਏ ਜਿਹੜੇ ਮਾੜੀ ਐਲੀਮੈਂਟ ਨੇ ਉਹਨਾਂ ਦੇ ਖਿਲਾਫ਼ ਸਾਡੀ ਕੋਲ ਕੋਈ ਗੁੰਜਾਇਸ਼ ਦਾ ਖਾਨਾ ਨਹੀਂ ਸਖਤ ਕਾਰਵਾਈ ਹੋਏਗੀ ਔਰ ਤੁਸੀਂ ਦੇਖਿਆ ਹੀ ਹੈ ਰਾਤ ਤੋਂ ਕਿਸ ਤਰ੍ਹਾਂ ਪੁਲਿਸ ਔਰ ਅਸੀਂ ਆਪ ਸਾਰੇ ਵੱਡੇ ਅਫਸਰ ਇੰਕਲੂਡਿੰਗ ਮੇਰੇ ਵੱਲੋਂ ਸਾਰੇ ਅਫਸਰ ਅਸੀਂ ਬਾਹਰ ਰਹੇ ਹਾਂ ਔਰ ਇੱਦਾਂ ਹੀ ਸਪੈਸ਼ਲ ਔਰਗਨਾਈਜ਼ ਕੀਤਾ ਅਸੀਂ ਕਿ ਵੱਧ ਤੋਂ ਵੱਧ ਪੁਲਿਸ ਜਿਹੜੀ ਆ ਉਹ ਬਾਹਰ ਤੁਹਾਨੂੰ ਦਿਖੇਗੀ ਵੀ ਔਰ ਜਿਹੜੇ ਪੁਰਾਣੇ ਜਾਂ ਮਾੜੇ ਐਲੀਮੈਂਟਸ ਨੇ ਉਹਨਾਂ ਦੇ ਉੱਤੇ ਸਪੈਸ਼ਲ ਸਰਵੇਲੈਂਸ ਲਾਈ ਗਈ ਹੈ ਔਰ ਮੈਨੂੰ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਰੇ ਇਸ ਪਵਿੱਤਰ ਧਰਤੀ ਨੂੰ ਹੋਰ ਸੁਰੱਖਿਅਤ ਬਣਾਵਾਂ ਦਰਬਾਰ ਅਕਸਰ ਖਰਾਬ ਕਰ ਰਹੀ ਹੈ ਦੇਖੋ ਗੱਲ ਪਤਾ ਕੀ ਹੈ ਜੀ ਸਾਰੇ ਆਪਾਂ ਸਮਾਜ ਦੇ ਹਿੱਸਾ ਔਰ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਜਦੋਂ ਤੋਂ ਦੁਨੀਆ ਬਣੀ ਹੈ ਤਾਂ ਸਮਾਜ ਦੇ ਵਿੱਚ ਮਾੜੇ ਚੰਗੇ ਲੋਕ ਹੁੰਦੇ ਹੀ ਇਸੇ ਕਰਕੇ ਕਾਨੂੰਨ ਬਣੇ ਗਏ ਬਣਾਏ ਗਏ ਆ ਪਰ ਕਾਨੂੰਨ ਦੀ ਜਿਹੜੀ ਪਾਲਣਾ ਹੈ ਉਹਦੇ 'ਚ ਕੋਈ ਕੁਤਾਹੀ ਨਹੀਂ ਹੋਏਗੀ ਔਰ ਪੂਰੀ ਸਖਤੀ ਨਾਲ ਕੀਤੀ ਜਾਏਗੀ ਜਿਹੜੇ ਇਹੋ ਜਿਹੇ ਲੋਕਾਂ ਨੂੰ ਪੂਰਾ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਏ